ਜੁਮਲਿਆਂ ਵਾਲੀ ਸਰਕਾਰ ਦਾ ਨਵਾਂ ਇੱਕ ਕਰਤੱਵ ਤੁਹਾਡੇ ਸਾਹਮਣੇ ਆ ਗਿਆ ਹੋਣਾ ਹੁਣ ਤੱਕ। 23 ਮਈ 2023 ਤੋਂ ਜਿਹੜੇ ਨੇ 2000 ਦੇ ਨੋਟ 20,000 ਰੁਪਏ ਤੱਕ ਦੀ ਮੁੱਲ ਕੀਮਤ ਦੇ ਬੈਂਕਾਂ ਤੋਂ ਬਦਲਵਾਉਣੇ ਸ਼ੁਰੂ ਹੋ ਜਾਣਗੇ, ਕਿਉਂਕਿ ਇਸ ਦੀ ਜਿਹੜੀ ਹੈ RBI ਦਾ ਇਹਨੇ ਫੈਸਲਾ ਲੈ ਲਿਆ ਕਿ ਅਸੀਂ ਇਹ ਨੋਟ ਬੰਦ ਕਰ ਦੇਣੇ ਨੇ ਅਤੇ 30 ਸਤੰਬਰ 2023 ਤੋਂ ਬੰਦ ਹੋ ਜਾਣਗੇ। ਕਿੰਨਿਆਂ ਦਾ ਬੇੜਾ ਗਰਕ ਹੋਏਗਾ, ਕਿੰਨਿਆਂ ਦਾ ਨਹੀਂ ਹੋਏਗਾ, ਕਿੰਨੇ ਮਰਨਗੇ ਕਿੰਨੇ ਨਹੀਂ ਮਰਨਗੇ, RBI ਨੂੰ ਕੋਈ ਸਰੋਕਾਰ ਨਹੀਂ। ਅਤੇ ਇਹ RBI ਕਿਹਦੀ ਕਠਪੁਤਲੀ ਬਣ ਕੇ ਨੱਚਿਆ ਇਹਦਾ ਅੰਦਾਜ਼ਾ ਤੁਹਾਨੂੰ ਉਦੋਂ ਹੋ ਗਿਆ ਹੋਣਾ ਜਦੋਂ 8 ਨਵੰਬਰ 2016 ਦੇ ਵਿੱਚ ਡਿਮੋਨੋਟਾਈਜੇਸ਼ਨ ਆਈ ਸੀ ਜੀ ਮੋਦੀ ਜੀ ਦੀ, ਵੀ ਅਸੀਂ ਕਾਲਾ ਧਨ ਕੱਢ ਦਿਆਂਗੇ ਬਾਹਰ, ਸਾਰਾ ਕੁਝ ਕਰ ਦਿਆਂਗੇ। ਤੀਵੀਆਂ ਨੂੰ ਕਥਿਆਰੀਆਂ ਬਣਾ ਦਿੱਤਾ ਜਿਨ੍ਹਾਂ ਨੇ ਆਪਣਾ ਥੋੜ੍ਹਾ ਜਿਹਾ ਕੁਛ ਵਿੱਥਾਂ ਕੁੱਥਾਂ ਵਿੱਚ ਰੱਖਿਆ ਹੋਇਆ ਸੀ, ਆਪਣਾ ਔਖੇ ਸੌਖੇ ਵੇਲੇ ਲਈ ਰੱਖਿਆ ਹੋਇਆ ਸੀ ਕਰੰਸੀ ਨੂੰ। ਉਹਨਾਂ ਦੀ ਜਿਹੜੀ ਕਰੰਸੀ ਇਹ 500 ਅਤੇ 1000 ਦੇ ਨੋਟਾਂ ਦੀ ਮਿੱਟੀ ਹੋ ਗਈ, ਅਤੇ ਹੁਣ ਤੁਹਾਡੇ 2000 ਦੇ ਨੋਟ ਵੀ ਮਿੱਟੀ ਹੋਣ ਜਾ ਰਹੇ ਨੇ। ਥੋੜ੍ਹੇ ਜਿਹੇ ਸੰਭਲ ਜਾਓ, ਥੋੜ੍ਹੀ ਜਿਹੀ ਵਿਚਾਰ ਕਰ ਲਓ, ਤਰੀਕਾਂ ਦੁਬਾਰਾ ਲਿਖ ਲਓ ਅਤੇ ਨੋਟ ਕਰ ਲਓ। 23 ਮਈ 2023 ਤੋਂ ਬੈਂਕ ਜਿਹੜੇ ਨੇ 20,000 ਰੁਪਏ ਤੱਕ ਦੀ ਕਰੰਸੀ ਜਿਹੜੀ ਹੈ ਉਸ ਨੂੰ ਜਮ੍ਹਾਂ ਕਰਨ ਲਈ ਲੈ ਸਕਣਗੇ ਤੁਹਾਡੇ ਤੋਂ, ਜਾਂ ਬਦਲਵਾ ਸਕਦੇ ਹੋ ਤੁਸੀਂ। ਦੂਜੀ ਚੀਜ਼ ਇਹ ਹੈ, ਰਿਜ਼ਰਵ ਬੈਂਕ ਦਾ ਐਤਕੀ ਨਾਂ ਲਾ ਕੇ ਮੋਦੀ ਜੀ ਨੇ ਬੜੀ ਸਿਆਣਪ ਦਾ ਕੰਮ ਕੀਤਾ ਕਿ ਜਦੋਂ ਉਹਦੀ ਉਹਨਾਂ ਦੀ ਡਿਮੋਨੋਟਾਈਜੇਸ਼ਨ 8 ਨਵੰਬਰ 2016 ਨੂੰ ਹੋਈ ਸੀ ਅਤੇ ਕਿੰਨਾ ਭਾਰਤ ਦੇ ਲੋਕਾਂ ਨੂੰ ਇਸ ਦਾ ਜਿਹੜਾ ਸੀ ਫਾਇਦਾ ਹੋਇਆ ਜਾਂ ਨਹੀਂ ਹੋਇਆ, ਇਹ ਮੋਦੀ ਜੀ ਨੇ ਆ ਕੇ ਆਪਣੀ ਮਨ ਦੀ ਬਾਤ ਦੇ ਵਿੱਚ ਨਹੀਂ ਦੱਸਿਆ, ਲੇਕਿਨ ਇਹ ਤੁਹਾਡੇ ਲਈ ਹਨੇਰ ਜ਼ਰੂਰ ਮਾਰ ਦਿੱਤਾ ਕਿ ਇਹ ਘੱਟੋ ਘੱਟ 30 ਸਤੰਬਰ, ਜੂਨ, ਜੁਲਾਈ, ਅਗਸਤ ਅਤੇ ਸਤੰਬਰ 4 ਕੁ ਮਹੀਨੇ ਦਾ ਜਾਂ 4.25 ਮਹੀਨੇ ਦਾ ਤੁਹਾਨੂੰ ਸਮਾਂ ਦਿੱਤਾ ਗਿਆ ਕਿ ਤੁਸੀਂ ਆਪਣਾ ਆਪਣਾ ਪ੍ਰਬੰਧ ਅਤੇ ਪ੍ਰਬੰਧਨ ਕਰ ਲਓ, ਅਤੇ ਜੇ ਤੁਸੀਂ ਬਚ ਸਕਦੇ ਹੋ ਤਾਂ ਬਚ ਲਓ, ਜੇ ਤੁਸੀਂ ਰੁੜ ਸਕਦੇ ਹੋ ਤਾਂ ਰੁੜ ਜਾਓ, ਦੇਸ਼ ਦਾ ਬੇੜਾ, ਦੇਸ਼ ਦੀ ਇਕੋਨਮੀ ਗਰਕ ਹੁੰਦੀ ਹੈ ਅਤੇ ਹੋ ਜਾਏ। ਇਹ ਕਿਹੋ ਜਿਹਾ ਪ੍ਰਚਲਨ ਜਾਂ ਚੱਲਣ ਹੋਣ ਵਾਲਾ, ਇਹ ਤੁਹਾਡੇ ਸਾਹਮਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੋਢੇ 'ਤੇ ਬੰਦੂਕ ਰੱਖ ਕੇ ਇਹ ਚਲਾ ਦਿੱਤੀ ਇਹ ਗੋਲੀ, ਕਿੰਨੇ ਮੋਦੀ ਜੀ ਨੇ ਜਾਂ ਮੋਦੀ ਜੀ ਦੀ ਸਰਕਾਰ ਨੇ, ਅਜੇ ਇਹ ਸਾਰਵਜਨਕ ਰੂਪ ਵਿੱਚ ਸਾਹਮਣੇ ਨਹੀਂ ਆਇਆ, ਲੇਕਿਨ ਇਹ ਇੱਕ ਗੱਲ ਜ਼ਰੂਰ ਨਜ਼ਰ ਆ ਗਈ ਹੈ ਕਿ ਇਹ ਅਜਿਹਾ ਹੋਣ ਵਾਲਾ ਤੁਹਾਡੇ ਲਈ, ਤੁਹਾਡੇ ਇੱਕ ਉੱਤੇ ਨਵੀਂ ਇੱਕ ਸੰਕਟ, ਨਵਾਂ ਇੱਕ ਤੁਹਾਡਾ ਇੱਥੇ ਇਕੋਨਮੀ ਕ੍ਰਾਈਸਿਸ ਬਣਨ ਵਾਲਾ ਹੈ, ਅਤੇ ਤੁਸੀਂ ਇਸ ਤੋਂ ਕਿਵੇਂ ਅਤੇ ਕਿਸ ਤਰ੍ਹਾਂ ਬਚ ਸਕੋਗੇ, ਆਪਣੇ ਕਿੰਨੇ ਮਿੱਤਰ ਪਿਆਰੇ ਜਿਹੜੇ ਨੇ ਉਹਨਾਂ ਨੂੰ ਦੱਸ ਸਕੋਗੇ। ਇਹ ਮੈਂ ਤੁਹਾਡੇ ਲਈ ਵੀਡੀਓ ਛੋਟੀ ਜਿਹੀ ਇੱਕ ਪਾ ਦਿੱਤੀ ਹੈ, ਤੁਹਾਨੂੰ ਆਗਾਹ ਕਰ ਦਿੱਤਾ ਕਿ ਡਿਮੋਨੋਟਾਈਜੇਸ਼ਨ ਵਿੱਚ 8 ਵਜੇ ਮੋਦੀ ਜੀ ਨੇ ਪ੍ਰਗਟ ਹੋ ਕੇ ਟੈਲੀਵਿਜ਼ਨ 'ਤੇ ਡਿਮੋਨੋਟਾਈਜੇਸ਼ਨ ਨੋਟ ਬੰਦ, ਅਤੇ ਇਹਦੇ ਨਾਲ ਬੜੇ ਫਾਇਦੇ ਹੋਣਗੇ। ਫਾਇਦਾ ਤਾਂ ਅੱਜ ਤੱਕ ਗਿਣਾਇਆ ਕੋਈ ਨਹੀਂ, ਅਤੇ ਹੁਣ ਜਿਹੜਾ ਇਹ ਨਵਾਂ RBI ਦਾ ਜਿਹੜਾ ਆਇਆ ਹੈ ਇਹ ਸਰਕੂਲਰ ਵੀ ਪ੍ਰਾਪਤ ਹੋ ਜਾਏਗਾ, ਅਤੇ ਤੁਹਾਡੇ ਨਾਲ ਫਿਰ ਸਨਮੁੱਖ ਹੋ ਕੇ ਰੂਬਰੂ ਗੱਲ ਕਰਕੇ ਇਹ ਦੱਸ ਦਿੱਤਾ ਜਾਏਗਾ ਕਿ ਇਹਦਾ ਫਾਇਦਾ ਕੀ ਹੋਇਆ, ਪਹਿਲਾਂ ਕੀ ਫਾਇਦਾ ਹੋਇਆ। ਤੁਸੀਂ ਜ਼ਰੂਰ ਗਿਣਾ ਦਿਓ, ਫੀਡਬੈਕ ਦੇ ਦਿਓ, ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਆਪਣੇ ਹੱਕ ਹਲਾਲ ਦੀ ਕਮਾਈ ਨੂੰ ਐਵੇਂ ਨਾ ਗਵਾ ਦਿਓ, ਉਸੇ ਤਰ੍ਹਾਂ ਹੀ ਜਿਵੇਂ ਤੁਹਾਡੀ ਹੱਕਾਂ ਦੇ ਉੱਤੇ 8 ਨਵੰਬਰ 2016 ਨੂੰ ਛਾਪਾ ਵੱਜਿਆ ਸੀ, ਅਤੇ ਐਤਕੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਰਾਹੀਂ ਇਹ ਕਰਤੱਵ ਕਰਕੇ ਤੁਹਾਨੂੰ ਘੱਟੋ ਘੱਟ 30 ਸਤੰਬਰ 2023 ਤੱਕ ਦਾ ਇੱਕ ਸਮਾਂ ਦੇ ਦਿੱਤਾ ਗਿਆ। ਇਹਨਾਂ ਨੋਟਾਂ ਨੂੰ ਬੈਂਕ ਵਿੱਚ ਜਮ੍ਹਾਂ ਕਰਾ ਸਕਦੇ ਹੋ ਜਾਂ ਇਹਨਾਂ ਨੂੰ ਬਦਲਵਾ ਸਕਦੇ ਹੋ, ਲੇਕਿਨ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਬੜੀ ਜ਼ਬਰਦਸਤ ਆਈ ਜੇ, ਅੱਜ ਕਿੰਨੀ ਤਰੀਕ ਹੋ ਗਈ ਹੈ, 19, ਅਤੇ 20 ਅਤੇ 21 ਦਾ ਸੈਚਰਡੇ ਅਤੇ ਸੰਡੇ, ਅਤੇ 22 ਦਾ ਦਿਨ ਵਿੱਚ ਹੈ ਤੁਹਾਡੇ, ਜਿੰਨੀ ਕਰੰਸੀ ਤੁਸੀਂ ਬੈਂਕਾਂ 'ਚ ਜਮ੍ਹਾਂ ਕਰਾ ਸਕਦੇ ਹੋ ਕਰਾ ਦਿਓਗੇ, ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਉੱਤੇ ID, ED, CBI, NIA ਦੇ ਬੜੇ ਬੜੇ ਰੇਡ ਆ ਜਾਣਗੇ। ਤੁਹਾਨੂੰ ਇਹ ਪੁੱਛਿਆ ਜਾਏਗਾ ਕਿ ਜਨਾਬ ਇੰਨੀ ਭਾਰੀ ਕਰੰਸੀ ਕਿੱਥੋਂ ਆਈ, ਇੰਨੀਆਂ ਵੱਡੀਆਂ ਟ੍ਰਾਂਸੈਕਸ਼ਨਸ ਕਿੱਥੋਂ ਆਈਆਂ, ਤੁਸੀਂ ਇਹ ਵੇਖ ਲਓ, ਆਪਣਾ ਬਚਾਓ, ਆਪਣਾ ਮਨ ਮਿਟਾਓ ਕਿਵੇਂ ਕਰਨਾ। ਪਰ ਇਹ ਗੱਲ ਜ਼ਰੂਰ ਹੋਏਗੀ ਇਹਦੇ ਵਿੱਚ, ਸੋਨੇ ਦੀਆਂ ਕੀਮਤਾਂ ਜਿਹੜੀਆਂ ਹੋਰ ਵੱਧ ਜਾਣਗੀਆਂ ਇਹਦੇ ਵਿੱਚ, ਕਿਉਂਕਿ ਬਹੁਤੇ ਲੋਕ ਸੋਨੇ ਦੇ ਵਿੱਚ ਇਨਵੈਸਟ ਕਰਨਾ ਪਸੰਦ ਕਰਨਗੇ।
मेरे तेरे वर्गे कोल की होने हैं, 20-30-50 नोट होंगे, दो दो उदाहरण ले, लेकिन जे दो दो उदाहरण ले 20-30-50 है तो जिन्हों को लखां दी गिनती विच नोट ने उन्हां दा की होएगा, उकालिया तेरा अब क्या होगा। शोले पिक्चर दा डायलाग दिता तुहानू सुना ते अगों अंजाम भी दिता तुहानू समझा ते तुसी अपने इस अंजाम तो किवें बचना, किस तरह अपनी सुरक्षा करनी है तुसी ये सोच लो। अपनी गाढ़े खून पसीने की कमाई नू इस जुमलियां वाली सरकार की पेटना दोबारा चढ़ा दियो। ये तुसी एक सोची समझी विचार की जिहड़ी है गल कर लियो, ते इस सरकार की जिहड़ी है नीति या बदनीति नू समझ के तुसी अपना जिहड़ा आर्थिक ढांचा ना बिगाड़ लियो। प्रॉपर्टी दियां कीमतां भी वध सकदियां इहदे विच, ते होर कई कुछ होण जा रहा है क्योंकि 2024 आ रहा है, ते इस तो पहले 2024 ये तुहाडे लई घातक होएगा 2023 या नहीं, इस दे संकेत जिहड़े ने कित्थों ते किवें मिल रहे ने मैं नाम नहीं लै रहा, लेकिन एक चीज़ जरूर कह रहा, कर्नाटका ने बड़े स्पष्ट संकेत दे दिते ने कि प्रधान सेवक प्रधान चौकीदार जी बुरी तरह फेल हो गए ने कर्नाटक दे विच। लोगों उन्हां दी जिहड़ी डबल इंजन की सरकार है उहदा कोई फायदा नहीं होया, कोई कुछ नहीं होया। ते तुसी देखो ये जुमलियां वाली सरकार प्रूव होके रह गई है, बह गई है, कह गई है कुछ की कह गई है, तुहाडे कन्न च कुछ कह गई है या तुहाडे सामने कुछ कह गई, या सन्मुख होके कुछ कह गई है या मनमुख होके कुछ कह गई है, या अपने मन की बात दे विच कोई गल कह गई है। नोटां दी जिहड़ी है चलन प्रचलन लैन देन ये किस तरह दे होंगे, ते साडी भारत की आर्थिकता जिहड़ी है 700 बिलियन डॉलर तो अगे नहीं जा रही, तो ये तुसीं देखो ये कित्थे घूम रही है, इस तो थले ही घूम रही है। जे ये एक एडी वड्डी साडी देश की आर्थिकता जिहदा गोदी मीडिया ने टंडोरा पिटिया होया, उस टंडोरे दे विच्चों जे निकल जाओ तुसीं तां तुसीं गल करियो। सिर्फ गोदी मीडिया कोल 2-3 ही कम ने, या पाकिस्तान दियां खबरां सुना दिंदे ने, या रूस यूक्रेन दियां खबरां सुना दिंदे ने, तो रही खोदी कथर जी अतीक अहमद से कर देंगे ने। तुहानू देश की खबर देश हित की खबर नहीं सुनाते, कोई कुछ नहीं करते, इसलिए इन्हों की TRP गिर गई है। तो इन्हों अपने जड़े ने किड़े चैनल शुरू करने पै गए ने, उ जड़े अज यूट्यूब पर ने, तो यूट्यूब के उत्ते भी सरकार ने हथों हथ कई यूट्यूब चैनलों पर बैन ला दिता, सब कुछ ला दिता है। बल्ले मेरी ये कॉन्स्टिट्यूशन दी है सरकार, ये कॉन्स्टिट्यूशन दा खान करके तू आखें मैं मारे नारे नारे ये कहो जे तेरे खिलारे जिन्होंने सारे काम वगारे। गल्लां इन्नियां कु तुहाडे नाल करदे हां, सति श्री अकाल। मेरी इस यूट्यूब चैनल दी छोटी जी पेंट नूं हर हर ते हर मोबाइल फोन दे विच भेज देना, ते उद्यमियों उद्यम करके तुसीं ये आने वाले दूर रस नतीजे जिन्हों का संकट फिर तुहानू झेलना पै रहा, कई डैथ होणगियां, कई रोटी नहीं मिलनी, कई कई कुछ नहीं मिलना, जिवें डिमोनोटाइजेशन दे विच होया सी, उस तो बच के रहना तुहानू कर दिता है अगा, ते अगंग अगे गल्लां करांगे तुहाडे नाल। ते अज इनियां कोई, सति श्री अकाल।